ਚੱਬੇਵਾਲ ਦੇ ਕੇਡੀ ਇੰਟਰਨੈਸ਼ਨਲ ਸਕੂਲ ਚ ਬਾਲ ਮੇਲਾ ਕਰਵਾਇਆ ਗਿਆ। ਇਸ ਮੇਲੇ ਚ ਮੁੱਖ ਮਹਿਮਾਨ ਦੇ ਤੌਰ ਤੇ ਪਿਊਸ਼ ਭਗਤ ਨੇ ਸ਼ਿਰਕਤ ਕੀਤੀ। ਇਸ ਮੌਕੇ ਬੱਚਿਆਂ ਦੇ ਵੱਲੋਂ ਭੰਗੜਾ ਅਤੇ ਹੋਰ ਕਈ ਪ੍ਰਸਤੁਤੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਜੇਤੂ ਰਹੇ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ। ਮੈਂ ਪਿਊਸ਼ ਭਗਤ ਦੇ ਸਕੂਲ ਦਾ MD, ਆਪਾਂ ਅੱਜ ਇੱਥੇ ਸਕੂਲ ਦੇ ਵਿੱਚ ਇੱਕ ਬਾਲ ਮੇਲਾ ਕਰਾ ਰਹੇ ਹਾਂ ਜਿਹਨੂੰ ਅਸੀਂ ਫੈਸਟ ਦਾ ਨਾਮ ਦਿੱਤਾ ਹੈ। ਇਹ ਆਪਾਂ ਸਕੂਲ ਦੇ ਵਿੱਚ ਬਾਲ ਮੇਲਾ ਕਰਾਉਣ ਦਾ ਕੀ ਕਾਰਨ ਹੈ? ਅਸੀਂ ਜਿਹੜੇ ਸਾਡੇ ਸਕੂਲ ਦੇ ਬੱਚੇ ਹੈਗੇ ਹੈ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰ ਰਹੇ ਹਾਂ ਅਤੇ ਬੜੇ ਵਧੀਆ ਵਧੀਆ ਤਰੀਕੇ ਦੇ ਨਾਲ ਇੱਥੇ ਪੜ੍ਹਾਈ ਕਰਦੇ ਹੈ, ਵੱਖਰੇ ਸਕੂਲਾਂ 'ਚ ਜਾ ਕੇ ਪਾਰਟੀਸਪੇਟ ਕਰਦੇ ਹੈ, ਇੰਟਰ ਸਕੂਲ ਕੰਪੀਟੀਸ਼ਨ ਕਰਦੇ ਹੈ। ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਬਾਲ ਮੇਲਾ ਕਰਾ ਰਹੇ ਹਾਂ, ਜਿਹੜਾ ਕਿ ਇਹ ਬੱਚਿਆਂ ਨਾਲ ਬੱਚਿਆਂ ਨੂੰ ਇੱਕ ਅੰਦਰ ਇੱਕ ਫੀਲਿੰਗ ਆਉਂਦੀ ਹੈ ਕਿ ਅਸੀਂ ਹੋਰ ਪੜ੍ਹਨਾ ਲਿਖਣਾ ਹੈ ਅਤੇ ਪੜ੍ਹ ਲਿਖ ਕੇ ਆਪਣਾ ਸਕੂਲ ਦਾ ਨਾਮ ਰੋਸ਼ਨ ਕਰਨਾ। ਇਹ ਸਾਡਾ ਮੇਨ ਮੁੱਦਾ ਅੱਜ ਬਾਲ ਮੇਲਾ ਕਰਾਉਣ ਦਾ ਅਤੇ ਬੱਚੇ ਅੱਜ ਬਹੁਤ ਖੁਸ਼ ਹੈ, ਬੱਚੇ ਪਾਰਟੀਸਪੇਟ ਕਰ ਰਹੇ ਹੈ, ਭੰਗੜਾ ਪਾਰਟੀਸਪੇਟ ਕਰ ਰਹੇ ਹੈ, ਗਿੱਧਾ ਪਾਰਟੀਸਪੇਸ਼ਨ ਹੋ ਰਹੀ ਹੈ। ਅਸੀਂ ਇਹ ਬੱਚਿਆਂ ਨੂੰ ਆਪਾਂ ਸਿਰਫ ਮੈਸੇਜ ਦੇ ਰਹੇ ਹਾਂ ਕਿ ਤੁਸੀਂ ਪੜ੍ਹੋ ਲਿਖੋ, ਹੋਰ ਬੁਲੰਦੀਆਂ 'ਤੇ ਜਾਓ ਅਤੇ ਇਹ ਜਿਹੜੇ ਛੋਟੇ ਮੋਟੇ ਪ੍ਰੋਗਰਾਮ ਹੈਗੇ ਆ ਇਹ ਸਕੂਲ ਦੇ ਵਿੱਚ ਰੈਗੂਲਰ ਚੱਲੋ। ਸਰ, ਤੁਸੀਂ ਹੁਣ ਦੱਸਿਆ ਬੱਚਿਆਂ ਨੂੰ ਟੂਰ 'ਤੇ ਲੈ ਕੇ ਜਾ ਰਹੇ, ਇਸ ਵਾਰ ਤੁਸੀਂ ਕਿੱਥੇ ਟੂਰ 'ਤੇ ਲੈ ਕੇ ਜਾ ਰਹੇ ਹੋ ਬੱਚਿਆਂ ਨੂੰ? ਆਪਾਂ ਇਸ ਵਾਰੀ ਆਪਾਂ ਹੁਣ 2 ਹਫ਼ਤੇ ਪਹਿਲੇ ਵੀ ਆਪਾਂ ਸਕੂਲ ਦੇ ਇੱਕ ਟੂਰ ਲੈ ਕੇ ਗਏ ਸੀਗੇ। ਚੱਬੇਵਾਲ ਤੋਂ ਦਲਜੀਤ ਜਨੋਹਾ ਦੀ ਰਿਪੋਰਟ, ਦੈਨਿਕ ਸਵੇਰਾ TV।